ਗੇਟ ਤੋਂ ਮਿਲਾ ਮੈਂ ਅਸੀਂ ਪਹਿਲੀ ਗੱਲ ਤਾਂ ਅਸੀਂ ਪੁਲਿਸ ਨੂੰ ਸਲੂਟ ਕਰਦੇ ਹਾਂ ਜਿਹੜੇ ਇਸ ਔਖੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਖਾਤਰ ਦਿਨ ਰਾਤ ਮਿਹਨਤ ਕਰ ਰਹੇ ਹਨ ਔਰ ਇਹ ਬਹੁਤ ਅਤਿ ਨਿੰਦਣਯੋਗ ਘਟਨਾ ਵਾਪਰੀ ਹੈ। ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਜਿਹੜੇ ਪੁਲਿਸ ਅਫਸਰ ਸਾਡੀ ਹਿਫਾਜ਼ਤ ਕਰ ਰਹੇ ਹਨ ਉਹਨਾਂ ਦੇ ਨਾਲ ਇਹੋ ਜਿਹੀ ਇੱਕ ਮਾੜੀ ਘਟਨਾ ਵਾਪਰਨੀ ਬਹੁਤ ਦੁੱਖ ਦੀ ਗੱਲ ਹੈ ਵੀ ਜਿਹੜਾ ਹੱਥ ਕੱਟਿਆ ਗਿਆ ਬਿਲਕੁਲ। ਦੇਖੋ ਸਾਡੇ ਹੀ ਉਹ ਭਰਾ ਨੇ ਪੁਲਿਸ ਮੁਲਾਜ਼ਮ ਸਾਡੀ ਖਾਤਰ ਦਿਨ ਰਾਤ ਉਹ ਸਾਨੂੰ ਬਚਾਉਣ ਦੀ ਖਾਤਰ ਮਿਹਨਤ ਕਰ ਰਹੇ ਹਨ ਜੋ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਉਹਨਾਂ ਨੂੰ ਪਾਲਣਾ ਵੀ ਕਰਨੀ ਪੈਂਦੀ ਹੈ ਔਰ ਕਰਨੀ ਵੀ ਚਾਹੀਦੀ ਹੈ ਕਿਉਂਕਿ ਪੁਲਿਸ ਜੇ ਅਗਰ ਕੋਈ ਵੀ ਘਟਨਾ ਪਬਲਿਕ ਇਕੱਠੀ ਹੁੰਦੀ ਹੈ ਜਾਂ ਕੋਈ ਜੋੜ ਮੇਲ ਕਰਦੀ ਪੁਲਿਸ ਦਾ ਫਰਜ਼ ਬਣਦਾ ਉਹਨੂੰ ਖੰਡਾਉਣਾ। ਜੇ ਉਹਨਾਂ ਨੇ ਇਹੋ ਜਿਹੀ ਉਹਨਾਂ ਨੂੰ ਖੰਡਾਉਣ ਵਾਸਤੇ ਆਪਣੀ ਕਾਰਵਾਈ ਕੀਤੀ ਤਾਂ ਜਿਹੜੇ ਕੁਛ ਅਖੌਤੀ ਨਿਹੰਗ ਸਿੰਘ ਕਿਉਂਕਿ ਜਿਹੜੇ ਅਸਲ ਨਿਹੰਗ ਸਿੰਘ ਉਹ ਵੀ ਇਹ ਗੱਲ ਨੂੰ ਕਹਿ ਰਹੇ ਹਨ ਕਿ ਇਹ ਖੋਤੀ ਨਿਹੰਗ ਸਿੰਘ ਅਸਲ ਨਿਹੰਗ ਸਿੰਘ ਜਿਹੜਾ ਗੁਰੂ ਦਾ ਸਹੀ ਖਾਲਸਾ ਉਹ ਗਲਤ ਕੰਮ ਨਹੀਂ ਕਰਦਾ। ਉਹਨਾਂ ਨੇ ਜੋ ਪੁਲਿਸ ਪਾਰਟੀ 'ਤੇ ਹਮਲਾ ਕੀਤਾ ਇੱਥੋਂ ਤੱਕ ਕਿ ਇੱਕ ASI ਜਿਹੜਾ ਉਹਦਾ ਹੱਥ ਕੱਟਿਆ ਗਿਆ ਬਹੁਤ ਨਿੰਦਣਯੋਗ ਗੱਲ ਹੈ। ਸੋ ਪੁਲਿਸ ਜਿਹੜੇ ਮੁਲਾਜ਼ਮ ਨੇ ਸਾਡੇ ਹੀ ਭਰਾ ਨੇ ਸਾਡੇ ਹੀ ਪਰਿਵਾਰਾਂ ਵਿੱਚੋਂ ਨੇ ਦਿਨ ਰਾਤ ਮਿਹਨਤ ਕਰ ਰਹੇ ਹਨ ਇਹਨਾਂ ਦੇ ਵੀ ਬੱਚੇ ਹਨ। ਅਸੀਂ ਇਸ ਦੀ ਬਹੁਤ ਨਿੰਦਿਆ ਕਰਦੇ ਹਾਂ ਇਹੋ ਜਿਹੀ ਕਾਨੂੰਨੀ ਹਰਕਤ ਨਹੀਂ ਹੋਣੀ ਚਾਹੀਦੀ। ਸੋ ਸਰਕਾਰ ਤੋਂ ਵੀ ਇਹ ਮੰਗ ਕਰਦੇ ਹਾਂ ਕਿ ਇਹੋ ਜਿਹੇ ਅਨਸਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ। ਜਿਹੜਾ SSP ਨੇ ਉਸ ਤੋਂ ਬਾਅਦ ਕੋਈ ਕਦਮ ਚੱਕੇ ਆ ਉਹਦੇ ਤੋਂ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਬਹੁਤ ਵਧੀਆ ਕਦਮ ਚੱਕਿਆ ਜੀ, ਪੁਲਿਸ ਨੂੰ ਇਹ ਕਦਮ ਚੱਕਣਾ ਹੀ ਪੈਣਾ ਸੀ। ਵੈਸੇ SSP ਨਹੀਂ ਸੀ ਚਾਹੁੰਦਾ ਕਿ ਗੁਰਦੁਆਰੇ ਦੇ ਅੰਦਰ ਜਾਇਆ ਜਾਵੇ, ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਜਾ ਕੇ ਖੁਸ਼ ਸੀ, ਪਰ ਅੰਦਰ ਇੱਕ ਗੋਲੀ ਚੱਲੀ ਤਾਂ ਪੁਲਿਸ ਵੀ ਇੱਕਦਮ ਘਬਰਾ ਗਈ ਕਿ ਹੋ ਸਕਦਾ ਅੰਦਰ ਕੀ ਘਟਨਾ ਵਾਪਰੀ ਹੈ। ਉਸ ਵਾਸਤੇ ਪੁਲਿਸ ਨੂੰ ਅੰਦਰ ਮਜਬੂਰ ਨੇ ਜਾਣਾ ਪਿਆ।